ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮਾਨਸਾ ਐਕਸ਼ਨ ਨਹਿਰੀ ਦੇ ਦਫ਼ਤਰ ਅੱਗੇ ਸੈਂਕੜੇ ਕਿਸਾਨਾਂ ਨੇ ਟੇਲਾਂ ਉੱਤੇ ਪਾਣੀ ਨਾ ਪਹੁੰਚਣ ਕਾਰਨ ਜ਼ੋਰਦਾਰ ਧਰਨਾ ਦਿੱਤਾ ਹੈ। ਇਸ ਮੌਕੇ ਕਿਸਾਨ ਆਗੂ ਬੋਗ ਸਿੰਘ ਨੇ ਦੱਸਿਆ ਹੈ ਕਿ ਇਹ ਅੱਜ ਅਸੀਂ ਜੋ ਧਰਨਾ ਦਿੱਤਾ ਹੈ ਉਸਦਾ ਕਾਰਨ ਇਹ ਹੈ ਕਿ ਟੇਲਾਂ ਉੱਪਰ ਪਾਣੀ ਨਹੀਂ ਪਹੁੰਚਦਾ, ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਬੀਜਣ ਦੇ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ ਅਤੇ ਪਾਣੀ ਪੀਣ ਲਈ ਵੀ ਨਹੀਂ ਮਿਲ ਰਿਹਾ। ਜਿਸ ਸੰਬੰਧੀ ਉਹਨਾਂ ਵੱਲੋਂ ਕਈ ਵਾਰ ਨਹਿਰੀ ਵਿਭਾਗ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ, ਪਰ ਉਹਨਾਂ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ, ਜਿਸ ਕਾਰਨ ਅੱਜ ਉਹਨਾਂ ਨੂੰ ਧਰਨਾ ਦੇਣਾ ਪਿਆ ਹੈ। ਅੱਜ ਜੋ ਅਸੀਂ ਇਹ ਧਰਨਾ ਦਿੱਤਾ, ਇਸ ਧਰਨੇ ਦਾ ਮਕਸਦ ਹੈਗਾ ਕਿ ਜਿਹੜਾ ਟੇਲਾ ਨੇ, ਟੇਲਾਂ 'ਤੇ ਪਾਣੀ ਪੂਰਾ ਨਹੀਂ ਜਾ ਰਿਹਾ ਅਤੇ ਜਿਹੜਾ ਯਾਤਰੀ ਦਾ ਮਾਈਨਰ ਹੈ ਉਹਨੂੰ ਵੀ ਕੰਪਲੀਟ ਨਹੀਂ ਕੀਤਾ ਜਾ ਸਕਦਾ। ਮੇਨ ਮਕਸਦ ਸਾਡਾ ਟੇਲਾਂ 'ਤੇ ਪਾਣੀ ਪੂਰਾ ਕਰਾਉਣ ਦਾ, ਕਿਉਂਕਿ ਅੱਜ ਜਿਹੜਾ ਹੈਗਾ ਝੋਨੇ ਦੀ ਬਜਾਈ ਨਰਮੇ ਦੀ ਵੀ ਮਤਲਬ ਗਰਮੀ ਕਾਰਨ ਪਾਣੀ ਦੀ ਸਖ਼ਤ ਲੋੜ ਹੈ ਅਤੇ ਪੀਣ ਵਾਲਾ ਪਾਣੀ ਵੀ ਜਿਹੜਾ ਥੱਲੇ ਵਾਲਾ ਪਾਣੀ ਮਾੜਾ ਹੋਣ ਕਰਕੇ ਵਾਟਰ ਬਕਸਾਂ 'ਤੇ ਨਿਰਭਰ ਨੇ ਲੋਕ, ਉਹਨਾਂ ਵਾਸਤੇ ਹੀ ਪਾਣੀ ਚਾਹੀਦਾ। ਪਰ ਟੇਲਾਂ ਦੇ ਨਾ ਵਾਟਰ ਬਕਸਾਂ 'ਚ ਪਾਣੀ ਜਾ ਰਿਹਾ, ਨਾ ਨਹਿਰੀ ਸਿੰਚਾਈ ਲਈ ਪਾਣੀ ਜਾ ਰਿਹਾ, ਜਿਸ ਕਰਕੇ ਜਿਹੜਾ ਪਸ਼ੂਆਂ ਨੂੰ, ਫਸਲਾਂ ਨੂੰ ਔਰ ਪੀਣ ਵਾਲੇ ਲੋਕਾਂ ਨੂੰ ਪਾਣੀ ਦੀ ਬੜੀ ਵੱਡੀ ਸਮੱਸਿਆ ਆਉਂਦੀ ਹੈ। ਇਸ ਸਮੱਸਿਆ ਦੇ ਸੰਬੰਧ ਵਿੱਚ ਅਸੀਂ ਵਾਰ ਵਾਰ ਪਹਿਲਾਂ ਵੀ ਜ਼ਬਾਨੀ ਰੂਪ ਦੇ ਵਿੱਚ ਮਹਿਕਮਾ ਨਹਿਰ ਦੇ ਐਕਸ਼ੀਅਨ SDO ਅਤੇ ਹੋਰ ਅਧਿਕਾਰੀਆਂ ਨੂੰ ਦੱਸ ਚੁੱਕੇ ਹਾਂ, ਪਰ ਉਹਨਾਂ ਨੇ ਕਦੇ ਇਸ ਗੱਲ ਪਰ ਗੌਰ ਨਹੀਂ ਕੀਤੀ। ਤਾਂ ਅੱਜ ਮਜਬੂਰੀ ਵੱਸ ਹੋ ਕੇ ਸਾਡੇ ਜਿਹੜੇ ਬਠਿੰਡਾ ਜ਼ਿਲ੍ਹੇ ਦੀਆਂ ਵੈਂਡਰ ਟੇਲਾਂ ਨੇ, ਉਹਨਾਂ ਦੇ 7 ਪਿੰਡਾਂ ਦੇ ਕਿਸਾਨ ਜਿਹੜੇ ਅਤਿ ਦੁਖੀ ਨੇ, ਉਹ ਅੱਜ ਮਤਲਬ ਮਜਬੂਰ ਹੋ ਕੇ ਇੱਥੇ ਧਰਨਾ ਦੇਣ ਲਈ ਆਏ ਨੇ ਅਤੇ ਸਾਡੀ ਮੰਗ ਹੈ ਕਿ ਟੇਲਾਂ ਦੇ ਉੱਤੇ ਪਾਣੀ ਪੂਰਾ ਕੀਤਾ ਜਾਵੇ ਅਤੇ ਅਸੀਂ ਟੇਲਾਂ 'ਤੇ ਪਾਣੀ ਪੂਰਾ ਕਰਾਉਣ ਲਈ ਜਿਹੜਾ ਉਹ ਸੰਘਰਸ਼ ਹੈ ਉਹਨੂੰ ਹੋਰ ਤਿੱਖਾ ਕਰਾਂਗੇ। ਇਸ ਸੰਬੰਧ ਵਿੱਚ ਜੋ ਅੱਗੇ ਹੈ ਅੱਜ ਜਿਹੜਾ ਸੰਘਰਸ਼ ਦੀ ਰੂਪਰੇਖਾ ਉਹ ਅਗਲੀ ਮੀਟਿੰਗ ਕਰਕੇ ਅਸੀਂ ਤੈਅ ਕਰਾਂਗੇ। ਧੰਨਵਾਦ। ਸਾਡੇ ਕੋਲ ਦੋ ਰਜਵਾਹੇ ਹੈ, ਭਾਈ ਬਖਤੌਰ ਅਤੇ ਮੌੜ ਬ੍ਰਾਂਚ। ਇਹਦੀ ਕੁਛ ਸਮੇਂ ਤੋਂ ਟੇਲਾਂ ਦੇ ਪਾਣੀ ਪਹੁੰਚਣ ਦੀ ਪ੍ਰੋਬਲਮ ਸੀਗੀ ਇਹਨਾਂ ਦੀ, ਉਹਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਇੱਕ ਪ੍ਰੋਜੈਕਟ ਮਰੂਫ ਕੀਤਾ ਇਹਨਾਂ ਦਾ 2016 'ਚ, ਅਤੇ ਉਹ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਗਿਆ ਅਤੇ ਕਾਫੀ ਕੰਮ 80% ਦਾ ਕੰਮ ਕੰਪਲੀਟ ਹੋ ਚੁੱਕਾ ਹੈ। ਪਰ ਇਸ ਸਾਲ ਦੌਰਾਨ ਜਿਹੜੀ ਉਹ ਫੰਡ ਦੀ ਥੋੜ੍ਹੀ ਜਿਹੀ ਅਵੇਲੇਬਿਲਟੀ ਅਜੇ ਨਾ ਹੋਣ ਕਰਕੇ ਕੰਮ ਰੁਕਿਆ, ਅਤੇ ਉਮੀਦ ਹੈ ਵੀ ਛੇਤੀ, ਕਿਉਂਕਿ ਅਸੀਂ ਕੋਰਸਪੋਂਡੈਂਟ ਕਾਫੀ ਚੱਲ ਰਹੀ ਹੈ ਅਤੇ ਉੱਚ ਪੱਧਰ 'ਤੇ ਵੀ ਗੱਲ ਚੱਲ ਰਹੀ ਸਰਕਾਰ ਨਾਲ, ਉਮੀਦ ਹੈ ਵੀ ਇਹ ਮਹੀਨੇ ਡੇਢ ਮਹੀਨੇ ਦਾ ਸੋਲਵ ਹੋ ਜੂਗੀ ਪ੍ਰੋਬਲਮ।